ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਵਿਰੋਧ ਕੀਤਾ ਗਿਆ ਹੈ ਸੰਗਤਾਂ ਵੱਲੋਂ, ਇਹ ਬਿਲਕੁਲ ਸਰਾਸਰ ਝੂਠ ਗੱਲ ਹੈ। ਉਹ ਜਿਹੜੇ ਬੰਦੇ ਕਿਰਾਏ ਦੇ ਇੱਥੇ ਉਹਨਾਂ ਕਾਰ ਸੇਵਾ ਵਾਲੇ ਨੇ ਤੇ ਰੰਧਾਵੇ ਨੇ ਭੇਜੇ ਸੀਗੇ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਗੁਰਦਾਸਪੁਰ ਦੇ ਪਿੰਡ ਨਿੱਕੇ ਭੂਮਣ ਵਿੱਚ ਸੰਤ ਬਾਬਾ ਹਜ਼ਾਰਾ ਸਿੰਘ ਵਾਲਾ ਦੀ ਬਰਸੀ ਮੌਕੇ ਪਹੁੰਚੇ ਸੀ, ਜਿੱਥੇ ਉਹਨਾਂ ਦੇ ਵਿਰੋਧ ਹੋਣ ਦੀ ਵੀਡੀਓ ਕਾਫੀ ਵਾਇਰਲ ਹੋਈ ਹੈ। ਇਸ ਦੇ ਸੰਬੰਧ ਵਿੱਚ ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬੁੱਧ ਸਿੰਘ ਮੀਡੀਆ ਦੇ ਸਾਹਮਣੇ ਆਏ ਤੇ ਇਸ ਵਿਰੋਧ 'ਚ ਉਹਨਾਂ ਨੇ ਸਫਾਈ ਦਿੰਦਿਆਂ ਕੀਰਤਨ ਸਰਵਣ ਅਤੇ ਲੰਗਰ ਛਕਣ ਵੇਲੇ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਉੱਥੇ ਸੁਖਬੀਰ ਬਾਦਲ ਤੇ ਮਜੀਠੀਆ ਦਾ ਕੋਈ ਵਿਰੋਧ ਨਹੀਂ ਹੋਇਆ, ਬਲਕਿ ਵਿਰੋਧ ਤਾਂ ਸਾਡਾ ਹੋਇਆ ਸੀ। ਜਰਾ ਤੁਸੀਂ ਵੀ ਸੁਣੋ। ਵੇਖਣ ਵਿੱਚ ਆਇਆ ਹੈ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ, ਪ੍ਰਿੰਟ ਮੀਡੀਆ ਦੇ ਉੱਤੇ, ਇਲੈਕਟ੍ਰੋਨਿਕ ਮੀਡੀਆ 'ਚ ਕੁਛ ਬੜੀਆਂ ਐਸੀਆਂ ਖਬਰਾਂ ਲਾਈਆਂ ਗਈਆਂ ਨੇ ਜਿਹੜੀਆਂ ਤੱਥਾਂ ਤੋਂ ਕੋਵਾਂ ਦੂਰ ਨੇ, ਜਿਨ੍ਹਾਂ ਦੇ ਵਿੱਚ ਇੱਕ 0% ਵੀ ਸੱਚਾਈ ਨਹੀਂ ਹੈ। ਜਿਵੇਂ ਖਬਰ ਲੱਗੀ ਸੀਗੀ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਵਿਰੋਧ ਕੀਤਾ ਗਿਆ ਹੈ ਸੰਗਤਾਂ ਵੱਲੋਂ, ਇਹ ਬਿਲਕੁਲ ਸਰਾਸਰ ਝੂਠ ਗੱਲ ਹੈ, ਕਿਉਂਕਿ ਸੰਗਤਾਂ ਨੇ ਕਿਸੇ ਦਾ ਵੀ ਕੋਈ ਵਿਰੋਧ ਨਹੀਂ ਕੀਤਾ ਹੈਗਾ। ਇਹ ਕੇਵਲ ਤੇ ਕੇਵਲ 5-7 ਬੰਦੇ ਕਿਰਾਏ ਦੇ ਆਏ ਸੀਗੇ ਤੇ ਜਿਨ੍ਹਾਂ ਨੇ ਵਿਰੋਧ ਸਾਡਾ ਕੀਤਾ ਹੈ, ਨਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਹੈ ਜਾਂ ਪ੍ਰਧਾਨ ਸਾਹਿਬ ਦਾ ਕੀਤਾ ਹੈ ਜਾਂ ਹੋਰ ਕਿਸੇ ਦਾ ਕੀਤਾ ਹੈ। ਸੋ ਇਸ ਕਰਕੇ ਇਸ ਤੋਂ ਪਹਿਲਾਂ ਮੇਰੇ ਸਟੇਜ ਤੇ ਬੋਲਣ ਤੋਂ ਪਹਿਲਾਂ ਮੇਰੇ ਸਪੁੱਤਰ ਸਰਦਾਰ ਲੋਕਦੀਪ ਸਿੰਘ ਜੀ ਨੇ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕੀਤਾ, ਜਿਹਦੇ ਵਿੱਚ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਆਉਣ ਦਾ ਧੰਨਵਾਦ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸਪੀਚ ਖਤਮ ਕੀਤੀ। ਉਸ ਤੋਂ ਬਾਅਦ ਮੈਂ ਇਹਨਾਂ ਲੀਡਰਾਂ ਸਾਹਿਬਾਨ ਦਾ, ਸਮੁੱਚੀਆਂ ਸੰਗਤਾਂ ਦਾ, ਸਮੁੱਚੀਆਂ ਜਥੇਬੰਦੀਆਂ ਦਾ, ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ। ਤੇ ਉਸ ਤੋਂ ਬਾਅਦ ਜਦੋਂ ਗੱਲ ਮੈਂ ਲੱਗਾ ਇਹ ਸ਼ੁਰੂ ਕਰਨ ਕਿ ਇਹ ਛੁੱਟੀ ਕਰਵਾਈ ਗਈ ਸੀਗੀ, ਇਹਦੇ ਸਾਡੇ ਕੋਲ ਕੀ ਸਬੂਤ ਨੇ ਤੇ ਕਾਰ ਸੇਵਾ ਵਾਲਾ ਕੀ ਘਰਾਉਣੀਆਂ ਹਰਕਤਾਂ ਕਰ ਰਿਹਾ ਏ, ਜਦੋਂ ਮੈਂ ਇਹ ਬੋਲਣ ਲੱਗਾ ਉਸ ਵੇਲੇ ਉਹ ਜਿਹੜੇ ਬੰਦੇ ਕਿਰਾਏ ਦੇ ਇੱਥੇ ਉਹਨਾਂ ਕਾਰ ਸੇਵਾ ਵਾਲੇ ਨੇ ਤੇ ਰੰਧਾਵੇ ਨੇ ਭੇਜੇ ਸੀਗੇ, ਉਹਨਾਂ ਨੇ ਪੰਡਾਲ ਦੇ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸਾਡੇ ਵਲੰਟੀਅਰਾਂ ਨੇ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਤੇ 2-4 ਮਿੰਟ ਦੇ ਵਿੱਚ ਹੀ ਉਹ ਰੌਲਾ ਖਤਮ ਹੋ ਗਿਆ। ਉਸ ਤੋਂ ਬਾਅਦ ਨਿਰੰਤਰ ਇੱਥੇ ਸਮਾਗਮ ਚੱਲਦਾ ਰਿਹਾ, ਸੰਗਤਾਂ ਦਾ ਠਾਠਾ ਮਾਰਦਾ ਇਕੱਠ ਉਸ ਪੰਡਾਲ ਦੇ ਵਿੱਚ ਜੁੜਿਆ ਰਿਹਾ। ਇਸ ਕਰਕੇ ਜਿਹੜੀਆਂ ਇਹ ਖਬਰਾਂ ਲਾਈਆਂ ਗਈਆਂ ਨੇ ਕਿ ਇੱਥੇ ਸੰਗਤਾਂ ਵੱਲੋਂ ਵਿਰੋਧ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ, ਇਹ ਬਿਲਕੁਲ ਤੱਥਾਂ ਤੋਂ ਕੋਵਾਂ ਦੂਰ ਹੈ। ਜਿਹਦੇ ਪ੍ਰੂਫ ਸਾਡੇ ਕੋਲ ਨੇ ਕਿ ਕਿਵੇਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਇੱਕ ਨਿਮਾਣੇ ਸਿੱਖ ਵਜੋਂ ਇੱਥੇ ਆਏ, ਉਹਨਾਂ ਨੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ। ਜੇ ਇਹ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਹੁੰਦਾ ਤੇ ਜਦੋਂ ਸੁਖਬੀਰ ਸਿੰਘ ਜੀ ਆ ਰਹੇ ਸੀਗੇ ਰਸਤੇ ਦੇ ਵਿੱਚ ਵੀ ਵਿਰੋਧ ਕੀਤਾ ਜਾ ਸਕਦਾ ਸੀਗਾ, ਜਦੋਂ ਉਹਨਾਂ ਨੇ ਇੱਥੋਂ ਪੰਡਾਲ 'ਚੋਂ ਜਾਣਾ ਸੀਗਾ ਤਦ ਵੀ ਵਿਰੋਧ ਕੀਤਾ ਜਾ ਸਕਦਾ ਸੀਗਾ, ਜਦੋਂ ਮੇਰਾ ਬੇਟਾ ਲੋਕਦੀਪ ਸਿੰਘ ਬੋਲਿਆ ਉਦੋਂ ਵੀ ਵਿਰੋਧ ਕੀਤਾ ਜਾ ਸਕਦਾ ਸੀਗਾ, ਕਿਉਂਕਿ ਉਹਨੇ ਬੜੇ ਸਤਿਕਾਰ ਦੇ ਨਾਲ ਸਰਦਾਰ ਸੁਖਬੀਰ ਸਿੰਘ ਜੀ ਦਾ ਨਾਂ ਲਿਆ, ਬਿਕਰਮਜੀਤ ਸਿੰਘ ਮਜੀਠੀਏ ਦਾ ਨਾਂ ਲਿਆ ਤੇ ਉਹਨਾਂ ਦੀ ਹਾਜ਼ਰੀ ਸਟੇਜ ਤੋਂ ਲਵਾਈ ਕਿ ਉਹ ਆਏ ਨੇ, ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਲੇਕਿਨ ਕੋਈ ਵਿਰੋਧ ਨਹੀਂ ਹੋਇਆ। ਉਸ ਤੋਂ ਬਾਅਦ ਮੈਂ ਬੋਲਣਾ ਸ਼ੁਰੂ ਕੀਤਾ, ਕੋਈ ਕਿਸੇ ਗੱਲ ਦਾ ਵਿਰੋਧ ਨਹੀਂ ਹੋਇਆ। ਲੇਕਿਨ ਜਦੋਂ ਗੱਲ ਉਹ ਛੁੱਟੀ ਵਾਲੀ ਕਰਨ ਲੱਗਾ ਸੀਗਾ, ਜਿਹੜਾ ਮੈਂ ਉਹਨਾਂ ਨੂੰ ਚੈਲੰਜ ਕੀਤਾ ਸੀਗਾ ਕਿ 14 ਤਰੀਕ ਨੂੰ ਤੁਹਾਨੂੰ ਇਸ ਗੱਲ ਦੇ ਸਬੂਤ ਪੇਸ਼ ਕਰਾਂਗਾ, ਇਹ ਦੱਸਾਂਗਾ ਕਿ ਤੁਸੀਂ ਕਦੋਂ, ਕਿਨੂੰ, ਕਿੱਥੇ, ਕਿਹੜੇ ਵੇਲੇ ਮੀਟਿੰਗ ਕਰਕੇ ਇਹ ਛੁੱਟੀ ਰੱਦ ਕਰਾਉਣ ਲਈ ਪ੍ਰੋਗਰਾਮ ਲਿਖਿਆ ਸੀਗਾ। ਜਦੋਂ ਜਾਪਿਆ ਕਿ ਅੱਜ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਦੇ ਸਾਹਮਣੇ ਸਾਡਾ ਇਹ ਚਿਹਰਾ ਨੰਗਾ ਹੋ ਜਾਵੇਗਾ ਕਿ ਅਸੀਂ ਕੈਸੀ ਸੋਚ ਰੱਖਦੇ ਹਾਂ, ਉਸ ਕਰਕੇ ਜਿਹੜੇ ਉਹਨਾਂ ਨੇ ਬੰਦੇ ਭੇਜੇ ਸੀਗੇ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਧਰ ਦੂਸਰੇ ਪਾਸੇ ਮੌਜੂਦਾ ਚਸ਼ਮਦੀਦ ਗਵਾਹ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਮਗਰਲੇ ਪਾਸੇ ਉਹ ਤੁਹਾਨੂੰ ਪਤਾ ਹੀ ਆ ਵੀ ਬਾਬਾ ਜੀ ਨੇ ਦੱਸਿਆ ਵੀ ਮਰੀਕ ਸਿੰਘ ਜਿਹੜਾ ਕਾਰ ਸੇਵਾ ਵਾਲਾ ਤੇ ਸੁਖੀ ਰੰਧਾਵਾ ਉਹਨਾਂ ਨੇ ਬੰਦੇ ਪੈਸੇ ਜੀ ਵੀ ਜਦੋਂ ਬਾਬਾ ਜੀ ਨੇ ਛੁੱਟੀ ਦਾ ਐਲਾਨ ਕਰਨਾ ਸੀ ਉਹ ਦੱਸਣੇ ਸਾਰੇ ਸਬੂਤ ਜਿਹੜੇ ਮਰੀਕ ਸਿੰਘ ਕਹਿੰਦਾ ਮੈਨੂੰ ਸਬੂਤ ਦਿਓ, ਉਦੋਂ ਸਬੂਤ ਦੇਣ ਲੱਗਿਆ ਤਾਂ ਉਹਨਾਂ ਨੇ ਉਦੋਂ ਨਾਰੇ ਮਾਰ ਦਿੱਤੇ, ਉਹ ਮੁੰਡਿਆਂ ਨੇ ਲਾਲਾ ਲਾਲਾ ਕਰ ਦਿੱਤੀ, ਉਹਨਾਂ ਵਿੱਚੋਂ 1-2 ਮੁੰਡੇ ਫੜੇ ਵੀ ਗਏ, ਉਹਨਾਂ ਨੂੰ ਕੁੱਟਿਆ, ਇੱਕ ਨੇ ਉੱਤੋਂ ਦੀ ਗਾਤਰਾ ਪਾਇਆ ਸੀ ਬੜਾ ਦਮਾਲਾ ਸਜਾਇਆ ਸੀ, ਜਦੋਂ ਦਾ ਦਮਾਲਾ ਲੱਥਿਆ ਤਾਂ ਥੱਲੇ ਉਹ ਕਲੀਨ ਸ਼ੇਵ ਨਿਕਲਿਆ ਮੁੰਡਾ,
ਉਹਨੂੰ ਚੰਗੀ ਤੌਣੀ ਲੱਗੀ ਇੱਥੇ। ਇਸ ਕਰਕੇ ਜਿਹੜਾ ਵਿਰੋਧ ਹੈ ਸੰਗਤਾਂ ਦਾ ਕੀਤਾ, ਬਾਬਾ ਬੋਧ ਸਿੰਘ ਜੀ ਦਾ ਕੀਤਾ, ਕਿਉਂਕਿ ਇਹਨਾਂ ਨੂੰ ਹਜ਼ਮ ਨਹੀਂ ਹੋ ਰਹੀ ਵੀ ਇੰਨੀ ਸੰਗਤ ਦਾ ਇਕੱਠ ਹੋਇਆ। ਵਿਰੋਧ ਦੀ ਗੱਲ ਕਰਦੇ ਆ, ਬਾਬਾ ਜੀ ਜਦੋਂ ਬੋਲ ਰਹੇ ਸੀ ਉਸ ਤੋਂ ਬਾਅਦ ਪੰਡਾਲ ਉੱਦਾਂ ਹੀ ਸੱਜਿਆ ਰਿਹਾ। ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਉੱਥੇ ਹੀ ਬੈਠੇ ਨੇ। ਬਾਬਾ ਜੀਵਾ ਸਿੰਘ ਨੇ ਕਥਾ ਕੀਤੀ ਆ, ਗਿਆਨੀ ਅਮੀਰ ਸਿੰਘ ਜੀ ਦਮਦਮ ਵਿਰੋਧ ਤਾਂ ਇਹਨਾਂ ਨੇ ਸਿਰਫ ਕਾਂਗਰਸ ਦਾ ਆ। ਜਦੋਂ ਛੁੱਟੀ ਦੀ ਗੱਲ ਕੀਤੀ ਆ ਬਾਬਾ ਬੋਧ ਸਿੰਘ ਜੀ ਹੋਣਾਂ ਨੇ ਵੀ 14 ਦੀ ਛੁੱਟੀ ਦੇ ਸੰਬੰਧ 'ਚ ਪ੍ਰੋਗਰਾਮ ਕਰਨਾ, ਐਲਾਨ ਕਰਨਾ, ਵਿਰੋਧ ਤਾਂ ਇਹਨਾਂ ਨੇ ਸੁਖਜਿੰਦਰ ਨੇ ਬੰਦੇ ਭੇਜ ਕੇ ਕਰਾਇਆ। ਅਕਾਲੀ ਦਲ ਦਾ ਤਾਂ ਵਿਰੋਧ ਹੀ ਨਹੀਂ ਹੋਇਆ। ਅਕਾਲੀ ਦਲ ਦਾ ਜੇ ਵਿਰੋਧ ਹੁੰਦਾ ਤਾਂ ਨਾ ਸੁਖਬੀਰ ਸਿੰਘ ਬਾਦਲ ਸੰਗਤ ਰੂਪ ਵਿੱਚ ਬੈਠ ਕੇ ਪ੍ਰਸ਼ਾਦਾ ਛੱਕ ਕੇ ਗਏ ਨੇ, ਅਤੇ ਵਿਰੋਧ ਤਾਂ ਇਹਨਾਂ ਨੇ ਸਿਰਫ ਚੰਦ ਬੰਦਿਆਂ ਨੇ। ਸੰਗਤ ਦੇ ਵਿੱਚ ਕਿੰਨਾ ਗਰੋਸ਼ ਆ ਔਰ ਸੰਗਤ ਕੀ ਚਾਹੁੰਦੀ ਹੈ? ਸੰਗਤ ਦੇ ਵਿੱਚ ਜੇ ਉਹ ਕਾਂਗਰਸ ਪਾਰਟੀ ਨੇ ਕੰਮ ਕੀਤਾ, ਆਪਾਂ ਉਹਦਾ ਆਉਣ ਵਾਲੇ ਸਮੇਂ 'ਚ ਇਹਨੂੰ ਜਵਾਬ ਦਵਾਂ। ਦੱਸਣਯੋਗ ਹੈ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੇ ਵਿਰੋਧ ਦੀ ਵਾਇਰਲ ਹੋਈ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਉਧਰ ਬਾਬਾ ਬੁੱਧ ਸਿੰਘ ਤੇ ਚਸ਼ਮਦੀਦ ਗਵਾਹ ਨੇ ਇਸ ਗੱਲ ਤੋਂ ਸਾਫ ਮਨਾ ਕਰ ਦਿੱਤਾ ਕਿ ਉਹਨਾਂ ਦਾ ਵਿਰੋਧ ਨਹੀਂ ਹੋਇਆ। ਗੁਰਦਾਸਪੁਰ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।